ਬੰਜੋਰਨੋ ਤੋਂ ਤਿਰਕਾਸੀ ਕਿਵੇਂ ਦੋਸਤੋ ਹੋਰ ਸਭ ਠੀਕ ਠਾਕ ਹੋਵੋਗੇ ਅਤੇ ਸਾਰਿਆਂ ਨੂੰ ਪਹਿਲਾਂ ਨਵੇਂ ਸਾਲ ਦੀਆਂ ਮੁਬਾਰਕਾਂ ਜਿਹੜਾ ਵੀਰ ਭਾਈ ਆਪਣੇ ਇੰਡੀਆ ਰਹਿੰਦਾ ਭਾਵੇਂ ਪ੍ਰਦੇਸ਼ਾਂ 'ਚ ਰਹਿੰਦਾ ਸਾਰਿਆਂ ਨੂੰ ਮੁਬਾਰਕਾਂ ਅਤੇ ਉਹਨਾਂ ਵੀਰਾਂ ਲਈ ਮੈਂ ਅਰਦਾਸ ਕਰੂੰਗਾ ਜਿਹੜੇ ਵੀਰੇ ਆਪਣਾ ਵੀਜ਼ਾ ਲਵਾਉਣਾ ਚਾਹੁੰਦੇ ਨੇ ਜਾਂ ਵਰਕ ਪਰਮਿਟ ਹੋਊਗਾ ਟੂਰਿਸਟ ਹੋਊਗਾ ਕਿਸੇ ਵੀ ਬੇਸ ਦਾ ਆਪਣਾ ਵੀਜ਼ਾ ਲਵਾਉਂਦੇ ਰਹਿੰਦੇ ਨੇ ਅਤੇ ਉਹਨਾਂ ਦੇ ਵੀਜ਼ੇ ਲੱਗਣ 'ਤੇ ਤੁਸੀਂ ਇੰਡੀਆ 'ਚੋਂ ਨਿਕਲੋ ਭਰਾਵੋ ਅਤੇ ਜਿਹੜੇ ਵੀਰ ਭਾਈ ਨੇ ਆਪਣਾ ਨਈ ਚੈਨਲ ਸਬਸਕ੍ਰਾਈਬ ਕਰਿਆ ਤਾਂ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਇੰਸਟਾਗ੍ਰਾਮ 'ਤੇ ਵੀਰੇ ਫੋਲੋ ਕਰਿਓ ਜੇ ਤੁਹਾਨੂੰ ਕੋਈ ਗੱਲਬਾਤ ਦੀ ਜ਼ਰੂਰਤ ਹੁੰਦੀ ਆ ਫੋਨ 'ਤੇ ਤੁਸੀਂ ਮੇਰੇ ਨਾਲ ਆ ਸਕਦੇ ਹੋ ਆਪਣੀ ਗੱਲਬਾਤ ਹੁੰਦੀ ਰਹਿੰਦੀ ਆ ਹਰ ਇੱਕ ਭਾਈ ਵੀਰ ਭਾਈ ਦਾ ਆਪਾਂ ਜਵਾਬ ਦਿੰਦੇ ਹਾਂ ਅਤੇ ਅੱਜ ਆਪਾਂ ਵੀਡੀਓ ਬਣਾਈ ਆ ਬਹੁਤ ਜ਼ਰੂਰੀ ਆ ਅਤੇ ਬਾਕੀ ਮੇਰੇ ਕੋਲ ਨੂਲਾ ਉਸ ਤਾਂ ਅਤੇ ਇਹਦੇ ਵਿੱਚ ਮੈਂ ਇੱਕ ਮੈਨੂੰ ਹੋਰ ਨਿਊਜ਼ ਦਾ ਬਈਆਂ ਦਾ ਫੋਨ ਆਈ ਜਾਂਦਾ ਕਹਿੰਦੇ ਵੀ ਇਹਦੇ ਵਿੱਚ ਆਪਣੇ ਸਰਨੇਮ ਦੀ ਜ਼ਰੂਰਤ ਪੈਂਦੀ ਆ ਉਹਦੇ 'ਤੇ ਵੀ ਆਪਾਂ ਅਲੱਗ ਟੋਪਿਕ 'ਤੇ ਵੀਡੀਓ ਬਣਾਉਂਦੇ ਹਾਂ ਅਤੇ ਅੱਜ ਜਿਹੜੀ ਆਪਣੀ ਵੀਡੀਓ ਆ ਉਹ ਹੈਗੀ ਆ ਵੀ 9 ਮਹੀਨੇ ਵਾਲੇ ਤੋਂ ਤੁਸੀਂ ਕੀ ਕੁਛ ਕਰ ਸਕਦੇ ਹੋ ਵੀ ਉਹਦੇ ਬੈਨੀਫਿਟ ਕੀ ਨੇ ਵੀ ਤੁਸੀਂ ਕਿੱਦਾਂ ਕਿੰਨਾ ਕੁ ਉਹਦੇ ਤੋਂ ਲਾਭ ਉਠਾ ਸਕਦੇ ਹੋ ਸਾਰਿਆਂ ਨੂੰ ਪਹਿਲਾਂ ਮੈਂ ਦੱਸ ਦੇਣਾ ਚਾਹੁੰਦਾ ਤੁਸੀਂ ਆਪਦੇ ਜਾ ਕੇ ਵੀਰੇ ਪੇਪਰ ਜਮ੍ਹਾਂ ਕਰਾਇਓ ਅਤੇ ਕਾਰਡ ਲਿਓ ਅਤੇ ਸਾਰਿਆਂ ਨੂੰ ਜ਼ਰੂਰੀ ਆ ਇਹ ਕਿਉਂਕਿ ਜੇ ਤੁਸੀਂ ਨਹੀਂ ਜਮ੍ਹਾਂ ਕਰਾਉਂਦੇ ਬਾਈ ਚਾਂਸ ਸਟੀਕਰ ਵੀਜ਼ਾ ਹੀ ਰੱਖਦੇ ਹੋ 9 ਮਹੀਨੇ ਦਾ ਵਰਕ ਪਰਮਿਟ 9 ਮਹੀਨਿਆਂ ਤੋਂ ਬਾਅਦ ਐਕਸਪਾਇਰ ਹੁੰਦਾ ਤੁਸੀਂ ਅਨਲੀਗਲ ਹੋ ਜਾਓਗੇ ਕੱਲ੍ਹ ਉਹ ਤੁਹਾਨੂੰ ਫੜ ਵੀ ਸਕਦੇ ਨੇ ਫੜਨ ਤੋਂ ਬਾਅਦ ਅੱਗੇ ਇਹ ਹੁੰਦਾ ਵੀ ਫੌਰੀ ਵੀਜ਼ਾ ਦੇ ਦਿੰਦੇ ਸੀ ਕੰਟਰੀ ਆਊਟ ਦਾ ਵੀਜ਼ਾ ਦੇ ਦਿੰਦੇ ਸੀ ਹੁਣ ਚੱਕਰ ਇਹ ਆ ਵੀ ਵੀਰੇ ਉਹ ਪਾਸਪੋਰਟ ਆਪਦੇ ਕੋਲ ਰੱਖਦੇ ਨੇ ਕੋਈ ਉਹਨੂੰ ਪੇਪਰ ਨਹੀਂ ਦਿੰਦੇ ਹੈਗੇ ਪਾਸਪੋਰਟ ਆਪਦੇ ਕੋਲ ਜਮ੍ਹਾਂ ਰੱਖਦੇ ਜਦੋਂ ਜੀ ਕਰਦਾ ਫੋਨ ਮਾਰਦੇ ਨੇ ਵੀ ਆਪਦਾ ਪਾਸਪੋਰਟ ਲੈ ਜਾ ਉਹ ਪਾਸਪੋਰਟ ਦਿੰਦੇ ਨਹੀਂ ਹੈਗੇ ਸਿੱਧੀ ਇੰਡੀਆ ਦੀ ਫਲੈਟ 'ਚ ਲਿਆਉਂਦੇ ਨੇ ਵੀਰੇ ਉਹ ਅਤੇ ਇੱਕ ਗੱਲ ਹੋਰ ਆ ਜਿਹੜੇ ਵੀਰ ਭਾਈਆਂ ਦੀ ਗੱਲ ਕਰੀ ਹੋਈ ਆ ਟਰੈਵਲ ਏਜੰਟਾਂ ਨਾਲ ਪੇਪਰ ਭਰਾਉਣ ਦੀ ਅਤੇ ਫਿਰ ਤਾਂ ਸਾਰਿਆਂ ਨੂੰ ਵਧੀਆ ਜਿਹਦੀ ਨਹੀਂ ਗੱਲਬਾਤ ਹੋਈ ਹੈਗੀ ਜਾਂ ਉਹਨਾਂ ਦਾ ਟਰੈਵਲ ਏਜੰਟ ਭੱਜ ਰਿਹਾ ਉਹਨਾਂ ਤੋਂ ਅਤੇ ਇੱਕ ਮੈਂ ਵੀਡੀਓ ਬਣਾਈ ਹੋਈ ਆ ਵੀ ਤੁਸੀਂ ਆਪਣੇ ਪੇਪਰ ਆਪ ਕਿਵੇਂ ਅਪਲਾਈ ਕਰ ਸਕਦੇ ਹੋ ਅਤੇ ਤੁਹਾਨੂੰ 100 ਚੋਂ 100% ਉਹ ਵੀਰੇ ਪੇਪਰ ਜਮ੍ਹਾਂ ਹੁੰਦੇ ਨੇ ਅਤੇ ਸੰਜੋਰ ਨਾਲ ਮਿਲਦੀ ਆ ਜਿਹਨੂੰ ਆਪਾਂ ਕਾਰਡ ਕਹਿ ਦਿੰਦੇ ਹਾਂ ਉਹ ਬਣਾਈ ਹੋਈ ਆ ਉੱਤੇ ਆਈ ਬਟਨ 'ਚ ਦੇ ਦੇਣੀ ਆ ਵੀਰੇ ਜ਼ਰੂਰ ਵੀਡੀਓ ਦੇਖਿਓ ਅਤੇ ਹੁਣ ਆਪਾਂ ਕੁਛ ਸ਼ੁਰੂ ਕਰਦੇ ਹਾਂ ਇੱਕ ਗੱਲ ਹੋਰ ਆ ਵੀਰੇ ਸਟਿੱਕਰ ਵੀਜ਼ੇ ਵਾਲਾ ਕੋਈ ਇਹ 'ਚ ਫਾਇਦਾ ਨਹੀਂ ਉਠਾ ਸਕਦਾ ਹੈਗਾ ਜਿਹਦਾ ਆਪਣਾ ਜਮ੍ਹਾਂ ਕਰਾਓ ਜਿਹਨੂੰ ਸੰਜੋਰ ਨਾਲ ਮਿਲੂ ਵੈਲਿਡ ਉਹੀ ਫਾਇਦਾ ਉਠਾ ਸਕਦਾ ਇਸ ਵੀਡੀਓ ਦਾ ਸਟਿੱਕਰ ਵੀਜ਼ੇ ਵਾਲਾ ਵੀਰੇ ਕੋਈ ਫਾਇਦਾ ਨਹੀਂ ਉਠਾ ਸਕਦਾ ਤਾਂ ਹੀ ਕਹਿਣਾ ਵੀਰੇ ਆਪਦੇ ਪੇਪਰ ਜਮ੍ਹਾਂ ਕਰਾਇਓ ਅਤੇ ਸਾਰਿਆਂ ਨੂੰ ਇਹਦਾ ਵਧੀਆ ਫਾਇਦਾ ਹੈਗਾ ਤੁਸੀਂ PR ਹੋ ਸਕਦੇ ਹੋ 5 ਸਾਲਾਂ ਬਾਅਦ ਅਤੇ ਉਹ ਤੋਂ ਬਾਅਦ 5 ਸਾਲਾਂ ਬਾਅਦ ਪਾਸਪੋਰਟ ਮਿਲ ਜਾਂਦਾ ਜਿਵੇਂ ਆਪਣੀ ਸਟਾਰਟਿੰਗ 'ਚੋਂ 10 ਸਾਲਾਂ ਦਾ ਪ੍ਰੋਸੈਸ ਹੁੰਦਾ ਬਈ 10 ਸਾਲਾਂ ਬਾਅਦ ਤੁਸੀਂ ਆਪਣਾ ਪਾਸਪੋਰਟ ਅਪਲਾਈ ਕਰ ਸਕਦੇ ਹੋ ਇਟਾਲੀਅਨ ਅਤੇ ਉਹ ਹੋ ਜਾਂਦਾ ਤਾਂ ਹੀ ਕਹਿਣਾ ਨਾ ਵੀਰੇ ਵੀ ਤੁਸੀਂ ਪੇਪਰ ਜਾ ਕੇ ਜਮ੍ਹਾਂ ਕਰਾਇਓ ਜਦੋਂ ਤੁਹਾਨੂੰ ਸੰਜੋਰ ਨੂੰ ਮਿਲ ਗਈ ਤੁਸੀਂ ਕਿਸੇ ਵੀ ਸਿਟੀ 'ਚ ਜਾ ਕੇ ਕੰਮ ਲੱਭ ਸਕਦੇ ਹੋ ਤੁਹਾਨੂੰ ਪੱਕਾ ਕੰਮ ਮਿਲ ਜਾਂਦਾ ਐਗਰੀਮੈਂਟ ਹੋ ਜਾਂਦਾ ਕੰਮ ਦਾ ਅਤੇ ਐਗਰੀਮੈਂਟ ਨਾਲ ਤੁਸੀਂ ਅੱਗੇ ਆਪਣੇ ਪੇਪਰ ਵੀ ਨਿਊ ਕਰਾ ਸਕਦੇ ਹੋ ਉਹੀ ਮਾਲਕ ਤੋਂ ਜੇ ਤੁਸੀਂ ਕੰਮ ਉਹਨੂੰ ਵਧੀਆ ਕਰਕੇ ਦਿੰਦੇ ਹੋ ਅਤੇ ਇੱਕ ਤੁਸੀਂ ਕੰਮ ਦਾ ਵੀ ਫਾਇਦਾ ਉਠਾ ਸਕਦੇ ਹੋ ਪੱਕਾ ਕੰਮ ਲੱਭ ਸਕਦੇ ਹੋ ਇਹਦੇ 'ਤੇ ਤੁਹਾਨੂੰ ਐਗਰੀਮੈਂਟ ਹੋ ਜਾਂਦਾ ਤੁਹਾਨੂੰ ਕੋਈ ਦਿੱਕਤ ਨਹੀਂ ਆਉਂਦੀ ਅਗਲਾ ਕਹਿੰਦਾ ਵੀ ਪੇਪਰ ਹੈਗੇ ਨੇ ਤੁਸੀਂ ਕਹਿ ਸਕਦੇ ਹੋ ਵੀ ਹੈਗੇ ਨੇ ਕਈ ਵਾਰ ਇਹ ਜਗ੍ਹਾ ਹੁੰਦਾ ਸੁਣ ਕਈ ਵਾਰ ਵਧੀਆ ਕੰਮ ਮਿਲਦਾ ਪੇਪਰਾਂ ਦੀ ਵਜ੍ਹਾ ਕਰਕੇ ਵੀਰੇ ਕੰਮ ਰਹਿ ਜਾਂਦੇ ਨੇ ਤਾਂ ਹੀ ਕਹਿਣਾ ਵੀਰੇ ਪੇਪਰ ਜਮ੍ਹਾਂ ਕਰਾਇਓ ਜਾਣ ਸਾਰ ਸਾਰਿਆਂ ਨੂੰ ਪਹਿਲਾਂ ਇਹੀ ਜ਼ਰੂਰੀ ਆ ਉਹਦੇ ਦੂਜੇ ਨੰਬਰ 'ਤੇ ਤੁਸੀਂ ਬੈਂਕ ਦਾ ਖਾਤਾ ਖੁਲਾ ਸਕਦੇ ਹੋ ਬੈਂਕਾਂ ਦਾ ਖਾਤਾ ਖੁਲਾ ਸਕਦੇ ਹੋ ਅਤੇ ਆਪਣੀ ਜਿਹੜੀ ਇਨਕਮ ਆ ਸਿੱਧੇ ਡਾਇਰੈਕਟ ਆਪਣੇ ਬੈਂਕ ਖਾਤੇ 'ਚ ਵੀ ਪਵਾ ਸਕਦੇ ਹਾਂ ਪਰ ਉੱਥੇ 80% ਲੋਕ ਵੀਰੇ ਕੈਸ਼ ਦਿੰਦੇ ਨੇ 20% ਲੋਕ ਹੀ ਚੈੱਕ ਦਿੰਦੇ ਨੇ ਜਾਂ ਖਾਤੇ 'ਚ ਪਾਉਂਦੇ ਨੇ ਅਤੇ ਤੁਸੀਂ ਬੈਂਕ ਦਾ ਖਾਤਾ ਵੀ ਖੁਲਾ ਸਕਦੇ ਹੋ ਉਦੋਂ ਅੱਗੇ ਆ ਗਿਆ ਵੀਰੇ ਪਤੈਂਤੇ ਅਤੇ ਜਿਹਨੂੰ ਡਰਾਈਵਰੀ ਲਾਇਸੈਂਸ ਕਹਿ ਦਿੰਦੇ ਨੇ ਉਹ ਵੀ ਕਰ ਸਕਦੇ ਹੋ ਜੇ ਤੁਹਾਡੇ ਕੋਲ ਵੈਲਿਡ ਸੰਜੋਰ ਨੂੰ ਆ ਉਹ 10 ਸਾਲ ਦਾ ਵੀਰੇ ਆਪਾਂ ਨੂੰ ਮਿਲਦਾ ਡਰਾਈਵਰੀ ਲਾਇਸੈਂਸ ਅਤੇ ਉਹ ਕਰ ਸਕਦੇ ਹੋ ਅਤੇ ਉਹਦੇ ਵਿੱਚ ਬੋਲੀ ਦੀ ਜ਼ਰੂਰਤ ਹਰ ਇੱਕ ਵੀਡੀਓ 'ਚ ਕਹਿਣਾ ਵੀਰੇ ਬੋਲੀ ਜ਼ਰੂਰ ਸਿੱਖਿਓ ਉਦੋਂ ਬਾਅਦ ਆ ਜਾਂਦਾ ਵੀਰੇ ਤੁਸੀਂ ਰੈਡੈਂਸਾ ਬਣਾ ਸਕਦੇ ਹੋ ਆਪਣਾ ਜਿਹੜਾ 10 ਸਾਲ ਦਾ ਵੈਲਿਡ ਹੁੰਦਾ ਅਤੇ ਉਹਦੀ ਇੰਨੀ ਵੈਲਿਊ ਆ ਕੱਲ੍ਹ ਨੂੰ ਅਗਰ ਤੁਹਾਨੂੰ ਕੋਈ ਪੁਲਿਸ ਵਾਲਾ ਘੇਰਦਾ ਤੁਹਾਡੇ ਕੋਲ ਪੇਪਰ ਨਹੀਂ ਹੈਗੇ ਅਤੇ ਉਹ ਤੁਸੀਂ ਆਪਣਾ ਰੈਡੈਂਸਾ ਦਿਖਾ ਸਕਦੇ ਹੋ ਉਹਦੇ ਬੇਸ 'ਤੇ ਹੀ ਤੁਹਾਨੂੰ ਪੁਲਿਸ ਵਾਲੇ ਕੋਈ ਰੋਕ ਟੋਕ ਨਹੀਂ ਕਰਦੇ ਕਹਿਣਗੇ ਤੂੰ ਚਲਾ ਜਾ ਬਸ ਇੰਨੀ ਉਹਦੀ ਵੈਲਿਊ ਆ ਕਿਉਂਕਿ ਸੰਜੋਰਨੋ ਤੋਂ ਬਾਅਦ ਉਹ ਬਣਦਾ ਵੀਰੇ ਸਾਰਿਆਂ ਨਾਲ ਪਹਿਲਾਂ ਸੰਜੋਰਨਾ ਦੂਜੇ ਨੰਬਰ 'ਤੇ ਉਹ ਬਣਦਾ ਇੰਨੀ ਉਹਦੀ ਵੈਲਿਊ ਆ ਕੱਲ੍ਹ ਪਾਸਪੋਰਟ ਵੀ ਲੈਣਾ ਪੇਪਰ ਵੀ ਨਿਊ ਕਰਾਉਣੇ ਨੇ ਅਤੇ ਉਹ ਜ਼ਰੂਰੀ ਹੁੰਦਾ ਬੇਸ 'ਤੇ ਪਤਾ ਲੱਗਦਾ ਇਮੀਗ੍ਰੇਸ਼ਨ ਵਾਲਿਆਂ ਨੂੰ ਤੁਸੀਂ ਬੰਦਾ ਰਹਿੰਦਾ ਕਿੱਥੇ ਆ ਅਤੇ ਉਹ ਜ਼ਰੂਰੀ ਆ ਉਸ ਤੋਂ ਬਾਅਦ ਤੁਸੀਂ ਇਹਦੇ 'ਤੇ ਘਰ ਵੀ ਲੈ ਸਕਦੇ ਹੋ ਵੀਰੇ ਜਿੰਨੇ ਟਾਈਮ ਦੀ ਤੁਹਾਡੇ ਕੋਲ ਸੰਜੋਰ ਨੂੰ ਵੈਲਿਡ ਆ ਜੇ ਤੁਹਾਡੇ ਕੋਲ 3 ਮਹੀਨੇ ਦੀ ਵੈਲਿਡ ਆ ਤਾਂ ਤੁਹਾਨੂੰ 3 ਮਹੀਨਿਆਂ ਦਾ ਹੀ ਮਿਲੂਗਾ ਇਹ 'ਚੋਂ ਵੀ ਵੀਰੇ ਘਰ 40% ਮਿਲਣ ਦੀ ਆਸ ਹੁੰਦੀ ਹੈ ਇਹ 'ਚੋਂ ਮੈਂ ਨਹੀਂ ਕਹਿੰਦਾ ਕਿ ਵੀ ਤੁਹਾਨੂੰ ਪੱਕਾ ਘਰ ਮਿਲੂਗਾ 40-30% ਆਸ ਹੁੰਦੀ ਹੈ ਵੀ ਤੁਹਾਨੂੰ ਘਰ ਮਿਲੂਗਾ ਇਹਦੇ 'ਤੇ ਪਰ ਥੋੜ੍ਹੀ ਜਿਹੀ ਆਸਾਨੀ ਹੋ ਜਾਂਦੀ ਹੈ ਘਰ ਮਿਲਣ ਦੀ ਵੀਰੇ ਇਹਦੇ 'ਤੇ ਉਦੋਂ ਬਾਅਦ ਆ ਜਾਂਦੀ ਹੈ ਵੀਰੇ ਇੰਡੀਆ ਆਉਣ ਦੀ ਗੱਲ 9 ਮਹੀਨੇ 'ਤੇ ਵੀਜ਼ੇ 'ਤੇ ਵੀਰੇ ਤੁਸੀਂ ਜਿੰਨੇ ਮਰਜ਼ੀ ਗੇੜੇ ਲਾ ਸਕਦੇ ਹੋ ਜੇ ਤੁਹਾਡੇ ਕੋਲ ਵੈਲਿਡ ਸੰਜੋਰ ਨਾਲ ਤੁਸੀਂ ਆ ਸਕਦੇ ਹੋ ਜਾ ਸਕਦੇ ਹੋ ਮਜਬੂਰੀ 'ਚ ਇੰਡੀਆ ਆ ਸਕਦੇ ਹੋ ਮਿਲ ਸਕਦੇ ਹੋ ਪਰਿਵਾਰ ਨੂੰ
ਅਤੇ ਇਹ ਵੀ ਆ ਸਕਦੇ ਹੋ ਕੋਈ ਰੋਕ ਟੋਕ ਨਹੀਂ ਹੈਗੀ। ਕਈ ਵਾਰ ਬੰਦੇ ਨੂੰ ਐਂ ਹੁੰਦਾ ਵੀ ਸਾਡੇ ਕੋਲ 9 ਮਹੀਨੇ ਦੀ ਸੰਜੋਰ ਨਾ, ਕਈ ਵਾਰ ਅਸੀਂ ਇੰਡੀਆ ਜਾ ਸਕਦੇ ਹਾਂ ਜਾਂ ਨਹੀਂ ਜਾ ਸਕਦੇ। ਵੀਰੇ ਤੁਸੀਂ ਇੰਡੀਆ ਆ ਸਕਦੇ ਹੋ, ਗੇੜਾ ਲਾ ਸਕਦੇ ਹੋ, ਆਪਣੇ ਪਰਿਵਾਰ ਨੂੰ ਮਿਲ ਸਕਦੇ ਹੋ, ਅਤੇ ਯੂਰਪ 'ਚ ਕਿਸੇ ਵੀ ਕੰਟਰੀ 'ਚ ਜਾ ਸਕਦੇ ਹੋ, 3 ਮਹੀਨੇ ਆਪਣੀ ਸਟੇਅ ਕਰ ਸਕਦੇ ਹੋ ਅਤੇ ਉੱਥੇ ਵੀ ਜਾ ਕੇ ਘੁੰਮ ਫਿਰ ਸਕਦੇ ਹੋ। ਪਰ ਤੁਸੀਂ ਕੰਮ ਨਹੀਂ ਉਹਦੇ 'ਤੇ ਕਰ ਸਕਦੇ ਹੈਗੇ 9 ਮਹੀਨੇ ਵਾਲੀ ਸੰਜੋਰ ਨੂੰ। ਅਤੇ ਜੇ ਤੁਸੀਂ ਕੰਮ ਕਰਦੇ ਹੋ, ਚੋਰੀ ਚੁੱਪੇ ਕਰੀ ਜਾਂਦੇ ਹੋ, ਵੱਖਰੀ ਗੱਲ ਹੈ। ਜੇ ਤੁਸੀਂ ਫੜੇ ਜਾਂਦੇ ਹੋ ਫਿਰ ਤੁਹਾਡੇ ਲਈ ਮੁਸ਼ਕਿਲ ਹੋ ਜੂ। ਪਰ ਇੰਨਾ ਚੱਕਰ ਆ ਵੀ ਉਹ ਤੁਹਾਨੂੰ ਡਿਪੋਰਟ ਨਹੀਂ ਕਰਨਗੇ ਇੰਡੀਆ ਨੂੰ, ਤੁਹਾਨੂੰ ਇਟਲੀ ਨੂੰ ਭੇਜ ਦੇਣਗੇ ਬਈ ਤੇਰੇ ਕੋਲ ਇਟਲੀ ਦੇ ਪੇਪਰ ਨੇ ਵੀ ਤੂੰ ਇਟਲੀ ਜਾ, ਅਤੇ ਡਿਪੋਰਟ ਦੇ ਚਾਂਸ ਘੱਟ ਜਾਂਦੇ ਨੇ ਜੇ ਤੁਹਾਡੇ ਕੋਲ ਉਹ ਹੈਗੀ ਆ ਸੰਜੋਰ ਨੂੰ। ਅਤੇ ਇੰਨੀ ਕੁ ਵੀਡੀਓ ਸੀ, ਕੁਝ ਕੁ ਜੇ ਰਹਿ ਗਿਆ ਹੋਵੇ ਦਿਮਾਗ 'ਚ, ਕਈ ਵਾਰ ਨਹੀਂ ਚੇਤੇ ਰਹਿੰਦਾ ਹੈਗਾ, ਫਿਰ ਤੁਹਾਨੂੰ ਅਗਲੀ ਵੀਡੀਓ 'ਚ ਦੱਸ ਦੂੰ। ਆਹ ਚੀਜ਼ਾਂ ਨੇ ਵੀਰੇ ਜਿਹੜੇ ਤੁਸੀਂ ਫਾਇਦਾ ਉਠਾ ਸਕਦੇ ਹੋ, ਅਤੇ ਤੁਸੀਂ ਜਾਣ ਸਾਰ ਵੀਰੇ ਪੇਪਰ ਜਮ੍ਹਾਂ ਕਰਾਇਓ ਅਤੇ ਬੋਲੀ ਸਿੱਖਣ ਦੀ ਕੋਸ਼ਿਸ਼ ਕਰਿਓ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਜਿਹੜੇ ਵੀਰੇ ਨੇ ਆਪਣੇ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਸਬਸਕ੍ਰਾਈਬ ਕਰਿਓ। ਅਤੇ ਹੁਣ ਮਿਲਦੇ ਹਾਂ ਅਗਲੀ ਵੀਡੀਓ 'ਚ, ਠੀਕ ਆ, ਓਕੇ, ਚਾਓ, ਚੀਪਦੇ ਆਵਾਂ।